ਪ੍ਰੀਤ ਸ਼ਰਮ ਲਾ ਰੱਖੀ ਹੈ ਯਾਰ, ਦੇਖੀ 8 ਵੱਜ ਰਹੇ ਨੇ, ਰੋਟੀ ਲਾ ਦੇ। ਕਾਹਦੀ ਸ਼ਰਮ ਲਾ ਰੱਖੀ ਹੈ ਮੈਂ? ਹੁਣ ਜਾਣਾ ਵੀ ਹੈ, 8 ਵੱਜ ਰਹੇ ਨੇ, ਪੇਟ ਖਰਾਬ ਹੋ ਰਿਹਾ ਸਵੇਰ ਦਾ ਮੇਰਾ, ਅਖੀ ਜਿਹੜੀ ਮਸਾ ਬਣਾਈਏ ਮੈਂ ਤੁਹਾਡੇ ਖਾਤਰ। ਨਾ ਮੇਰੀ ਗੱਲ ਸੁਣ, ਜਿਵੇਂ ਤੇਰੇ ਤੋਂ ਖਿਚੜੀ ਬਣ ਗਈ, ਅੱਛਾ ਉਵੇਂ ਤੇਰੇ ਤੋਂ ਰੋਟੀ ਨਹੀਂ ਬਣਦੀ ਹੈ। ਰੋਟੀ ਤੇ ਪਤਾ ਕਿੰਨਾ ਜ਼ੋਰ ਲੱਗਦਾ, ਖਿਚੜੀ ਤਾਂ ਹੁਣ ਪਾਣੀ ਚ ਪਾ ਦੋ ਤੇ ਰਿੱਝ ਜਾਂਦੀ ਹੈਗੀ, ਮੇਰੇ ਚ ਬਈ ਇੰਨੀ ਤਾਕਤ ਹੈ ਨੀ ਸਰੀਰ ਚ ਵੀ ਰੋਟੀ ਬਣਾ ਦਾ। ਤੁਹਾਡੀ ਮਾਂ ਨੂੰ ਕਹਿ ਦੋ ਬਣਾ ਦੂਗੀ ਅੱਜ ਕੋਈ ਨਾ। ਲੈ ਉਹ ਬੇਬੇ ਤਾਂ ਤੈਨੂੰ ਪਤਾ ਪਹਿਲੀ ਬਿਮਾਰ ਰਹਿੰਦੀ, ਹੁਣ ਤਾਂ ਚੱਕਰ ਆ ਜਾਂਦਾ ਜਦੋਂ ਖੜੀ ਹੁੰਦੀ ਹੈ। ਆਹੋ ਆ ਜਾਂਦਾ ਉਹਨੂੰ ਚੱਕਰ, ਮੈਨੂੰ ਨੀ ਚੱਕਰ ਆਉਂਦੇ, ਮੇਰੀ ਬਿਮਾਰੀ ਤਾਂ ਦਿਖਦੀ ਨੀ ਤੁਹਾਨੂੰ, ਦੋ ਮਿੰਟ ਖਾਣੇ ਵੀ ਨੀ ਦਿੰਦੇ। ਫਿਰ ਹੁਣ ਕੀ ਕਰਾਂ ਮੈਂ, ਹੈਂ ਬਿਨਾਂ ਰੋਟੀ ਖਾਏ ਵਗ ਜਾ। ਆਹੋ ਜੇ ਇੱਕ ਦਿਨ ਬਿਨਾਂ ਖਾਧੇ ਵਗ ਜਾਓ ਕੀ ਹੋਜੂ, ਉਦਾਂ ਵੀ ਤਾਂ 50 ਵਾਰੀ ਬਾਹਰੋਂ ਖਾ ਕੇ ਆਏ ਹੋ, ਪਕਾ ਕੇ ਡਿੱਗਦੀ ਨੀ ਹੁੰਦੀ ਨੀ ਮੈਂ। ਇੱਕ ਦਿਨ ਨਹੀਂ ਫਿਰ ਬਾਹਰੋਂ ਖਾਊਂਗਾ, ਹਫ਼ਤੇ 'ਚ 4 ਦਿਨ ਬਾਹਰੋਂ ਖਾਣਾ, 4 ਦਿਨ ਤੇਰੇ ਆਹੀ ਲੱਛਣ ਹੁੰਦੇ ਨੇ। ਲੱਗਣੇ ਨਹੀਂ ਲੱਛਣ ਤਾਂ ਮੇਰੇ, ਮੇਰੀ ਗੱਲ ਸੁਣ ਲੈ ਪ੍ਰੀਤ, ਜੇ ਕੰਮ ਕਰਨਾ ਹੁੰਦਾ ਚੱਜ ਨਾਲ ਕਰ ਲਿਆ ਕਰ, ਨਹੀਂ ਮੈਨੂੰ ਕਹਿ ਦੇ ਕੋਈ ਕੰਮ ਨਹੀਂ ਦਿੰਦੇ। ਦੋ ਬੁਰਕੀ ਚੱਜ ਨਾਲ ਯਾਰ ਖਾਣ ਕੀ ਨੂੰ ਦਿੰਦੇ, ਮੈਨੂੰ ਤਾਂ ਅੱਛਾ ਰੋਟੀ ਮਿਲਦੀ ਨਹੀਂ। ਤੇ ਮਿਲਦੀ ਕਿਉਂ ਨਹੀਂ ਬਈ, ਭੁੱਖੇ ਪੈ ਨਹੀਂ ਰੋਏ ਆ। ਮੇਰੀ ਗੱਲ ਸੁਣ, ਜੇ ਤੈਥੋਂ ਨਹੀਂ ਕੰਮ ਹੁੰਦਾ ਕੰਮ ਵਾਲੀ ਰੱਖ ਲੈਂਦੇ ਆ। ਆਹੋ ਰੱਖ ਲੈਨੇ ਕੰਮ ਵਾਲੀ, ਨਾ ਪੈਸੇ ਕਿੱਥੋਂ ਦੇਣੇ ਨੇ, ਪੈਸੇ ਤਾਂ ਜਾਇ ਖਾਣ ਨੂੰ ਨਹੀਂ ਹੈਗੇ ਘਰੇ। ਓਏ ਖੁਸ਼ ਰਹਾ ਕਰਦੇ ਨੇ ਸਾਰਾ ਦਿਨ, ਮੱਛੀ ਰਹਿਣੀ ਹੈ ਜਾਦੇ ਗਹਿਰ ਖਾਂਦੇ ਅਗਲੇ ਵੀ ਉੱਥੇ ਕਾਂਸ ਤੋਂ ਪਲੇਟ ਖਾ ਲੈ, ਨਾਲੇ ਖਾਂਦੇ ਨੇ। ਤੁਸੀਂ ਤਾਂ ਹੀ ਭਾਲਦੇ ਹੋ ਵੀ ਮੈਂ ਮਰ ਜਾ, ਜੇ ਮੈਂ ਮਰ ਗਈ ਤੁਹਾਨੂੰ ਰੋਟੀ ਕਿਸੇ ਨੇ ਨਹੀਂ ਦੇਣੀ, ਇਹ ਦੱਸ ਦਿੰਦੀ ਆ ਮੈਂ। ਹੁਣ ਕਿਹੜਾ ਦਿੰਨੀ ਆ ਤੂੰ? ਹਾਂ ਆ ਦੇਖ ਲੈ ਕੀ ਚੀਜ਼ ਲੱਛਣ ਕਰਦੀ ਹੈ। ਅਜੇ ਤੂੰ ਦਿੰਨੀ ਆ, ਹੁਣ ਇਹ ਕੁਝ ਸੁਣਨਾ ਪੈਂਦਾ ਬਈ, ਜੇ ਨਾ ਦਿੰਦੀ ਹੋਈ ਫਿਰ ਪਤਾ ਨਹੀਂ ਕੀ ਕੁਝ ਕਰਦੇ। ਮੇਰੀ ਗੱਲ ਸੁਣ ਲੈ ਤੇ ਸੱਚ ਮੇਰੀ ਗੱਲ ਸੁਣ ਲਓ, ਹੋਰੇ ਗੱਲਾਂ 'ਚ ਮੈਨੂੰ ਪਾ ਕੇ ਬਹਿ ਗਏ, ਜ਼ਰੂਰੀ ਗੱਲ ਕਰਨੀ ਮੈਂ ਤਾਂ ਤੁਹਾਡੇ ਨਾਲ। ਹਾਂ ਉਹ ਬਿੰਦਰ ਕੇ ਵਿਆਹ 'ਚ ਨਾ ਮੇਰਾ ਕੋਕਾ ਖੋ ਗਿਆ ਸੀ ਜਿਹੜਾ, ਹਾਂ ਕੋਕਾ ਬਣਵਾਉਣਾ ਮੈਂ ਹੁਣ, ਉਹ ਖੰਡ ਪਾਠ ਹੈ ਘਰੇ, ਸਾਰੇ ਵਧੀਆ ਵਧੀਆ ਸੋਨਾ ਪਾ ਕੇ ਆਉਣਗੇ, ਤੇ ਮੇਰੇ ਕੋਲ ਨੰਗ ਕੋਲ ਕੁਛ ਹੈ ਵੀ ਨਹੀਂ ਉਰੇ। ਆ ਹੁਣ ਤਾਂ ਤੂੰ ਕਹਿੰਦੀ ਸੀ, ਕਹਿੰਦੀ ਜ਼ਹਿਰ ਖਾਣ ਨੂੰ ਪੈਸੇ ਨਹੀਂ, ਫਿਰ ਕੋਕਾ ਕਿੱਥੋਂ ਆਜੂਗਾ, ਕਿੱਥੋਂ ਆਜੂਗਾ ਕੀ? ਅੱਜ ਕਿੰਨੀ ਤਰੀਕ ਹੋ ਗਈ? 12 ਤਰੀਕ ਅੱਜ, ਸੱਚ ਪੈਨਸ਼ਨ ਆਉਣ ਵਾਲੀ ਹੈ ਬੇਬੇ ਦੀ, ਅੱਜ ਆਜੂਗੀ ਇੱਥੇ ਤੱਕ। ਲੈ ਹਾਂ ਪੈਨਸ਼ਨ ਬੇਬੇ ਦੀ ਹੈ ਬਈ, ਤੈਨੂੰ ਕਿਉਂ ਤਾਂ ਚਾ ਚੜਿਆ ਕਿ ਬੇਬੇ ਆਪਣੀ ਕੁਛ ਲੱਗਦੀ ਨੀ, ਖਾਂਦੀ ਕਿੱਥੋਂ ਹੈ ਬੇਬੇ? ਨਾ ਬੇਬੇ ਆਪਣੀ ਕੁਛ ਲੱਗਦੀ ਨੀ, ਬੇਬੇ ਇਸ ਘਰੋਂ ਖਾਂਦੀ ਨੀ, ਬੋਲੀ ਜਾਂਦੀ ਹੈ, ਘਰ ਕੀ ਤਾਂ ਬੇਬੇ ਦਾ ਹੀ ਹੈ, ਬੇਬੇ ਹੋਰਾਂ ਨੇ ਕਮਾ ਕੇ ਇੰਨਾ ਕੁਛ ਬਣਾਇਆ। ਆਹੋ ਬਹੁਤ ਕਮਾਈਆਂ ਕਰੀਆਂ ਤੇਰੀ ਬੇਬੇ ਨੇ, ਵੇਖੀ ਆ ਮੈਂ ਕਿੰਨੀਆਂ ਕੁ ਕਮਾਈਆਂ ਕਰਦੀ ਆ ਉਹ। ਜਿਹਾ ਜਾ ਉਦੋਂ ਟਾਈਮ ਸੀ ਉਹੀ ਜੀ ਉਦੋਂ ਕਮਾਈ ਸੀ, ਉਹਨਾਂ ਕੋ ਉਹਨਾਂ ਨੇ ਬਣਾ ਲਿਆ, ਗਵਾਇਆ ਤਾਂ ਨਹੀਂ, ਬਣਾਇਆ ਹੀ ਹੈ। ਹਰੇਕ ਹੀ ਬਣਾਉਂਦਾ ਹੁੰਦਾ, ਧੀ ਪੁੱਤ ਖਾਤਰ ਕੌਣ ਨਹੀਂ ਬਣਾਉਂਦਾ, ਆਹ ਨਾਲੇ ਮੇਰੇ ਕੋਲ ਨਾ ਟਾਲ ਮਟੋਲੇ ਜੇ ਨਾ ਕਰੋ, ਹਰੇਕ ਵਾਰੀ ਨਾ ਪੈਨਸ਼ਨ ਉਹਦੀ ਪਤਾ ਨਹੀਂ ਕਿੱਥੇ ਜਾਂਦੀ ਹੈ, ਕੀ ਕਰਦੀ ਹੈ, ਨਾ ਕੁਛ ਲਿਆਵੇ ਨਾ ਕੁਛ ਖਾਵੇ। ਪਰ ਐਤਕੀ ਮੈਨੂੰ, ਮੇਰੀ ਗੱਲ ਸੁਣ ਲੈ ਪਹਿਲਾਂ, ਐਤਕੀ ਨਾ ਮੈਨੂੂੰ ਪੈਨਸ਼ਨ ਚਾਹੀਦੀ ਉਹਦੀ, ਮੈਂ ਕੋਕਾ ਕਰਵਾਉਣਾ ਆਪਦਾ। ਮੇਰੀ ਗੱਲ ਸੁਣ ਲੈ, ਬੇਬੇ ਦੀ ਪੈਨਸ਼ਨ ਕਣੀ ਨਾ ਚੱਕੀ, ਨਹੀਂ ਜਾਬਾਂ ਤੇ ਪੈਣਗੀਆਂ ਤੇਰੇ। ਇਹ ਕਿਵੇਂ ਜਾਬਾਂ ਤੇ ਪੈਣਗੀਆਂ, ਹੱਥੇ ਲਾ ਦੀ ਨੂੰ ਕੀ ਗੱਲ, ਅਗਲੀ ਚਾਹੇ ਅੱਗ ਚਲਾਵੇ ਉਹ ਤਾਂ ਆਪਦਾ ਹੈ, ਤੂੰ ਕਮਾ ਲੈ ਤੈਥੋਂ ਨਹੀਂ ਮੰਗਦੀ ਉਹ। ਫਿਰ ਰੋਟੀ ਆਪਦੀ ਆਪੇ ਬਣਾ ਕੇ ਖਾ ਲਿਆ ਕਰੇ, ਮੈਥੋਂ ਨਹੀਂ ਉਹਦੇ ਖਾਤਰ ਗੁਲਗਲੇ ਪੱਕਦੇ। ਗੁਲਗਲੇ ਤਾਂ ਕਿਉਂ ਨਹੀਂ ਪੱਕਦੇ, ਪਕਾਉਣੀ ਪਊ ਸਾਰੇ ਕੰਮ ਤੇ ਸਾਰੀ ਕਰਨੀ ਲੱਗੀ ਆ ਮੈਂ। ਮੇਰੀ ਗੱਲ ਸੁਣ ਲੈ, ਤੈਨੂੰ ਮਿੱਠੀ ਪਿਆਰੀ ਹੋ ਕੇ ਜਾਂ ਬੇਬੇ ਤੈਨੂੰ ਆਪਦੀ ਮਰਜ਼ੀ ਨਾਲ ਚਾਹੇ ਆਪਦੀਆਂ ਟੂਮਾਂ ਦੇ ਦੇ, ਮੈਨੂੰ ਕੋਈ ਤਾਲੁਕਾਤ ਨਹੀਂ ਉਹਦੇ ਨਾਲ। ਮਰਜ਼ੀ ਨਾਲ ਤਾਂ ਮੈਨੂੰ ਇੱਕ ਪੰਜੀ ਨਹੀਂ ਦਿੰਦੀ ਉਹ ਕੱਢ ਕੇ, ਬਸ ਫਿਰ ਧੱਕੇ ਨਾਲ ਬੇਬੇ ਤੋਂ ਕੁਛ ਮੰਗਣਾ ਨਹੀਂ। ਫਿਰ ਮੇਰੀ ਗੱਲ ਸੁਣ ਲੈ, ਮੈਂ ਰੋਟੀ ਉਦੋਂ ਤੱਕ ਨਹੀਂ ਪਕਾਉਂਦੀ ਜਦੋਂ ਤੱਕ ਮੈਨੂੰ ਪੈਨਸ਼ਨ ਨਹੀਂ ਮਿਲਦੀ, ਮੈਂ ਵੀ ਦੇਖਦੀ ਹਾਂ ਐਤਕੀ ਵੀ ਕਿੱਥੇ ਲਾ ਕੇ ਆਉਂਦੀ ਉਹ ਇੰਨੇ ਪੈਸੇ, 1500 ਰੁਪਏ ਘੱਟ ਨਹੀਂ ਹੁੰਦਾ ਇਹ ਮਿੰਟ ਜੇ ਡਾ ਦਿੰਦੀ ਆ ਉਹ, ਸਮਝ ਤਾਂ ਲੱਗੇ ਬੰਦੇ ਨੂੰ ਵੀ ਬੰਦੇ ਦਾ ਕੋਈ ਖਰਚਾ, ਬੰਦਾ ਉੱਥੇ ਪੈਸੇ ਲਾਉਂਦਾ ਬਈ। ਬੁੜੀਆਂ ਦੇ ਬਥੇਰੇ ਖਰਚੇ ਹੁੰਦੇ ਨੇ,
ਮੇਰਾ ਤਾਂ ਕੋਈ ਖਰਚਾ ਹੈ ਨੀ, ਮੈਨੂੰ ਤਾਂ ਕੋਈ ਕਪੰਜੀ ਨੀ ਦਿੰਦਾ। ਹਾਂ ਤੇਰਾ ਤਾਂ ਕਾਨੂੰਆ ਕੋਈ ਖਰਚਾ, ਚੜੇ ਮਹੀਨੇ ਆਰਡਰ ਲਾ ਦਿੰਦੀ ਆ ਵੀ ਆਹ ਚੀਜ਼ ਚਾਹੀਦੀ ਆਹ ਚੀਜ਼ ਚਾਹੀਦੀ ਆ। ਆਰਡਰ ਲਾ ਤਾਂ ਮੈਂ 6 ਮਹੀਨੇ ਬਾਅਦ ਤਾਂ ਮੈਨੂੰ ਸੂਟ ਸਵਾ ਕੇ ਦਿੰਨੇ। 6 ਮਹੀਨੇ ਬਾਅਦ ਕਿਹ ਤੋਂ ਆਏ ਨੇ ਜਿੰਨੇ ਸੂਟ ਆਏ ਨੇ ਮੇਰੇ ਹੁਣ ਤੱਕ? ਉਹ ਹੋਰ, ਅਸੀਂ ਤਾਂ ਤੈਨੂੰ ਕਾਹ ਤੋਂ ਕੁਝ ਦਿੱਤਾ ਹੈ, ਮੇਰੀ ਗੱਲ ਸੁਣ ਲੈ, ਕਿਸੇ ਦੀ ਚਾਦਰ ਦੇਖ ਕੇ ਨੀ ਪੈਰ ਪਸਾਰੀ ਨੇ ਹੁੰਦੇ, ਆਪਦੀ ਚਾਦਰ ਦੇਖੀ ਨੀ ਹੁੰਦੀ ਵੀ ਕਿੰਨੀ ਕਚੌੜੀ ਆ। ਦੇਖਦੀ ਆ ਜਦੋਂ ਆਪਦੀ ਚਾਦਰ ਬਾਹਰ ਹੋਈ ਫਿਰਦੀ ਆ, ਹੁਣ ਮੇਰਾ ਕੀ ਕਸੂਰ ਆ ਚ? ਮੇਰੀ ਗੱਲ ਸੁਣ ਲੈ ਕੰਨ ਖੋਲ ਕੇ, ਵੱਧ ਮੈਂ ਘੱਟ ਗੱਲ ਨੀ ਸੁਣੀ ਕੋਈ, ਮੈਨੂੰ ਪੈਨਸ਼ਨ ਚਾਹੀਦੀ ਹੈ ਤਾਂ ਚਾਹੀਦੀ ਹੈ, ਕਿ ਮਰਜ਼ੀ ਦੇਈ, ਨਹੀਂ ਫਿਰ ਮੈਂ ਤੂੰ ਕਾ ਕੇ ਨਾ ਕਹੀ ਮੈਨੂੰ ਵੀ ਗੁਲਗੁਲੇ ਚਾਹੀਦੇ ਨੇ। ਠੀਕ ਹੈ, ਜਿਹੜਾ ਤੂੰ ਗੁਲਗੁਲੇ ਲੈ ਕੇ ਦਿੰਦੀ ਜਦੋਂ ਕੰਮ ਤੇ ਜਾਣਾ ਹੁੰਦਾ ਆਹੀ ਰੰਡੀ ਰੋਣਾ ਹੁੰਦਾ। ਇਹੋ ਜਿਹਾ ਵਿਚੋਲਾ ਤੀ ਜਿਹਨੇ ਪੱਲੇ ਪਾਤੀ ਸੌਣ ਲੱਗੇ, ਜਦੋਂ ਕੰਮ ਤੇ ਜਾਣਾ ਹੁੰਦਾ ਇਹੋ ਜਿਹਾ ਬਥਾੜ ਮੂਥੇ ਲੱਗ ਜਾਂਦੇ ਨਾ ਕੰਮ ਤੇ ਜੀ ਲੱਗੇ, ਫਿਰ ਕਿ ਘਰ ਚ ਬਰਕਤ ਨੀ ਹੈਗੀ, ਘਰ ਚ ਬਰਕਤ ਕੀ ਸਵਾਹ ਹੋਊਗੀ ਜਦੋਂ ਇਹੋ ਜਿਹੇ ਬਥਾੜ ਲੈ ਕੇ ਫਿਰਦੇ ਰਹਿੰਦੇ। ਮੈਂ ਤਾਂ ਬਾਹਰ ਹੀ ਖਾ ਲੂੰਗਾ, ਲਾ ਤੇ ਤਾਂ ਲੱਲਰ ਸਾਰਾ ਦਿਨ ਕੰਜਰ ਕਲੇਸ਼ ਹੈ, ਜਿਹਦਾ ਮਰਜ਼ੀ ਜਿੰਨਾ ਮਰਜ਼ੀ ਕਰ ਲੈ, ਕੋਈ ਕਿਸੇ ਨੂੰ ਨਹੀਂ ਆਮਦਾ ਨਹੀਂ ਦਿੰਦਾ। ਕੀ ਹੋ ਗਿਆ ਹੁਣ, ਸਾਰਾ ਦਿਨ ਹੀ ਕਲੇਸ਼ ਪਾਈ ਰੱਖਦੇ ਹੋ, ਕੀ ਹੋ ਗਿਆ? ਕਦੇ ਤਾਂ ਨਿਚਲੇ ਰਹਿ ਜਾ ਕਰੋ। ਹੋਣਾ ਕੀ ਆ, ਹੁਣ ਉਹਨੂੰ ਪਤਾ ਨੀ ਪ੍ਰੀਤ ਨੂੰ ਵੀ ਮੈਂ ਕੰਮ ਤੇ ਜਾਣਾ, ਰੋਟੀ ਦਾ ਟੁੱਕ ਨੀ ਲਾਹਿਆ ਇੱਕ, ਆਪ ਖਿਚੜੀ ਖਾਈ ਜਾਂਦੀ ਆ ਕਿ ਮੈਂ ਤਾਂ ਬਿਮਾਰ ਹੋ ਰਹੀ ਹਾਂ। ਉਹ ਫਿਰ ਤੂੰ ਹੁਣ ਖਿਚੜੀ ਖਾ ਲੈਂਦਾ ਤਾਂ ਕੀ ਹੋ ਗਿਆ? ਉਹ ਗੱਲ ਬਾਪੂ, ਖਿਚੜੀ ਕੌਲੀ ਬਣਾਈ ਆ ਇੱਕ ਆਪਦੇ ਜੋਗੀ, ਸਾਰੇ ਟੱਬਰ ਜੋਗੀ ਬਣਾਉਣ ਦੀ ਫਿਰ ਵੀ ਸੀ। ਅੱਛਾ, ਹਾਂ ਸੋਰੀ ਕਮਲੀ ਆ ਜੀ, ਉਹ ਹੁਣ ਤੂੰ ਰਿੰਨੇ ਨਹੀਂ ਲੱਗੀਆਂ, ਦੋ ਕੋਲੀਆਂ ਹੋਰ ਪਾ ਕੇ ਧਰ ਲਾ, ਸਾਰੀ ਖਾ ਲੈਂਦੇ। ਬਾਪੂ ਮੈਨੂੰ ਪਤਾ ਉਹਦੇ ਕੀ ਲੱਛਣ ਨੇ, ਮੈਨੂੰ ਪਤਾ ਉਹ ਕੀ ਭਾਲਦੀ ਆ। ਆਖੇ ਜਿਹੜਾ ਬਿੰਦਰ ਕੇ ਵਿਆਹ 'ਚ ਕੋਕਾ ਖੋਇਆ ਗਿਆ ਸੀ, ਮੈਂ ਕੋਕਾ ਬਣਵਾਉਣਾ। ਮੈਂ ਭਾਈ ਹੁਣ ਤਾਂ ਤੂੰ ਕਹਿੰਦੀ ਸੀ ਘਰੇ ਪੈਸੇ ਨਹੀਂ ਹੈਗੇ, ਹੁਣ ਪੈਸੇ ਕਿੱਥੋਂ ਆ ਜਾਣਗੇ? ਕੋਈ ਗੱਲ ਨਹੀਂ, ਬਣਵਾ ਦਾਂਗੇ। ਆਖੇ ਜਿਹੜੀ ਬੇਬੇ ਦੀ ਪੈਨਸ਼ਨ ਆਊਗੀ ਉਹ ਦੇ ਦੇ, ਹੁਣ ਬੇਬੇ ਦੀ ਪੈਨਸ਼ਨ ਤੇ ਉਹਦੀ ਅੱਖ ਆ। ਚੱਲ ਕੋਕਾ ਤਾਂ ਹੋ ਜਾਊਗਾ, ਨਾਲੇ ਤੇਰੀ ਮਾਂ ਜੇ ਇੱਕ ਪੈਨਸ਼ਨ ਦੇ ਦੂ ਫਿਰ ਕੀ ਫਰਕ ਪੈ ਜਾਊਗਾ, ਤੂੰ ਵੀ ਤਾਂ ਚੱਲੀ ਜਾਂਦੇ ਨੇ। ਉਹ ਦੇਖ ਲਾ, ਉਹ ਵੀ ਭੌਂਕੀ ਜਾਂਦਾ, ਉਹਨੂੰ ਕਿਹੜਾ ਰਾਤ ਰੋਟੀ ਦਾ ਟੁਕੜਾ ਪਾਇਆ ਹੋਣਾ ਕੋਈ। ਹੈਂ, ਮੇਰੀ ਗੱਲ ਸੁਣ ਬਾਪੂ, ਮੈਂ ਤਾਂ ਤੈਨੂੰ ਇਹੀ ਗੱਲ ਕਹਿਣਾ ਵੀ ਬੇਬੇ ਦੀ ਪੈਨਸ਼ਨ ਆ ਉਸੇ ਕੋਲੇ ਆਉਂਦੀ ਆ, ਆਪਾਂ ਨੇ ਕੀ ਲੈਣਾ ਉਹਦੇ ਤੋਂ? ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਉਂਦੀ। ਨਾ ਨਾ, ਗੱਲ ਤਾਂ ਯਾਰ ਸਹੀ ਹੈ, ਫਿਰ ਕੁੜੀ ਦੀ ਇਹ 'ਚ ਕੀ ਗੱਲ ਹੈਗੀ, ਪੈਨਸ਼ਨ ਵੀ ਖਾਈ ਜਾਂਦੀ ਆ ਤੇ ਪੈਸੇ ਘਰੋਂ ਵੀ ਲਿਜਾਈ ਜਾਂਦੀ ਆ। ਜਿੱਦੇ ਦੀ ਪੈਨਸ਼ਨ ਲੱਗੀ ਹੈ ਉਹਨੇ 1 ਰੁਪਇਆ ਦਿੱਤਾ ਕਦੇ? ਉਹਦਾ ਹੱਕ ਨੀ ਬਣਦਾ ਗਾ ਜਦੋਂ ਘਰੋਂ ਲੈ ਕੇ ਜਾਂਦੀ ਆ ਤੇ ਘਰੇ ਪੈਸੇ ਦੇਵੇ? ਉਹ ਬਾਪੂ ਫੇਰ ਕੀ ਹੋ ਗਿਆ, ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ, 1500 ਰੁਪਏ ਨਾਲ ਤਾਂ ਆਪਣੀ ਕੋਠੀ ਪਵੇ ਨਾ ਉਹਦਾ ਕੁਛ ਬਣੇ। ਕੋਈ ਗੱਲ ਨੀ, ਫਿਰ ਕੀ ਹੁੰਦਾ, ਉਹ ਕੁੜੀ ਆਉਂਦੀ ਹੁੰਦੀ ਆ ਲਾਪਰੀ ਤੇ 4 ਪੈਸੇ ਉਹਨੂੰ ਵੀ ਦੇਣੇ ਪੈਂਦੇ ਨੇ, 100 ਕੰਮ ਹੁੰਦਾ। ਬਾਪੂ ਤੂੰ ਕਿਉਂ ਰਿੱਝੀ ਜਾਂਦਾ? ਓਏ ਉਦੋਂ ਵੀ ਮੈਥੋਂ ਲੈਂਦੀ ਹੈ ਜੇ ਦਵਾਈ ਬੂਟੀ ਲਾਉਣੀ ਆ ਤਾਂ ਮੈਥੋਂ ਲੈਂਦੀ ਆ, ਪੈਨਸ਼ਨ ਤਾਂ ਇਹ ਨੀ ਪਤਾ ਵੀ ਕਿਹੜੇ ਖੱਲਾਂ ਖੁੰਜਾਂ 'ਚ ਪਾਈ ਜਾਂਦੀ ਆ ਉਹ। ਨਾਲੇ ਮੇਰੀ ਗੱਲ ਸੁਣ ਲੈ, ਇੱਕ ਹਾਂ ਜਾਂ ਤਾਂ ਉਹਨੂੰ ਕਹਿ ਦੇ ਵੀ ਜਿੰਨਾ ਚਿਰ ਪੈਨਸ਼ਨ ਆਉਂਦੀ ਹੈਗੀ ਉਹਦੀ ਪੈਨਸ਼ਨ ਮੈਨੂੰ ਅੱਧੀ ਦਿਆ ਕਰੋ, ਕਿਉਂ ਮੇਰੀ ਪੈਨਸ਼ਨ ਲੱਗੀ ਨੀ, ਸਿੱਧੀ ਜੀ ਗੱਲ ਹੈਗੀ। ਉਹ ਤੇਰੀ ਪੈਨਸ਼ਨ ਬਾਪੂ ਲੱਗ ਕਿਵੇਂ ਜਾਊਗੀ, 4 ਸਾਲ ਛੋਟਾ ਹੈ, ਜ਼ਿਆਦਾ ਪਹਿਲਾਂ ਜੰਮ ਪੈਂਦੀ ਦਾਦੀ ਤੈਨੂੰ। ਇਹ 'ਚ ਕੀ ਗੱਲ ਆ ਫਿਰ ਜੰਮਣ ਜਮਾਉਣ ਵਾਲੀ, ਫਿਰ ਉਹ 'ਚ ਵੱਧ ਦਵਾਇਦਾ ਕਰੋ ਜਦੋਂ ਹੁਣ ਘਰੋਂ ਵਰਤਦੀ ਆ ਸਾਰੇ ਪੈਸੇ। ਉਹ ਫਿਰ ਕੀ ਹੋ ਗਿਆ, ਜਦੋਂ ਮਰ ਗਈ ਅੱਛਾ ਉਦੋਂ ਬਈ, ਉਦੋਂ ਫਿਰ ਕੀ ਕਰੋਗੇ ਪੈਨਸ਼ਨ ਦਾ, ਉਦੋਂ ਤਾਂ ਫਿਰ ਉਹਨੂੰ ਹਟ ਜੂਗੀ। ਉਦੋਂ ਤਾਂ ਫਿਰ ਸਾਬਰ ਆ, ਸਾਬਰ ਹੋ ਜਾਊਗਾ, ਨਾਲੇ ਜਾਂ ਫਿਰ ਉਹਦੀ ਬੰਦ ਕਰਾ ਦੇ, ਬਸ ਗੱਲ ਨਿਬੜ ਗਈ, ਮੈਥੋਂ ਨਹੀਂ ਜਰਿਆ ਜਾਂਦਾ ਯਾਰ। ਲੈ ਹਾਂ, ਓਏ ਉਦੋਂ ਤਾਂ ਫਿਰ ਸਾਬਰ ਆ, ਉਦੋਂ ਵੀ ਸਾਬਰ ਕਰੋਗੇ, ਹੁਣ ਕਰ ਲਓ, ਨਾਲੇ ਉਹਦੇ 'ਚ ਬੰਦ ਕਰਾਉਣ ਵਾਲੀ ਕੀ ਗੱਲ ਹੈ? ਹੈਂ, ਉਹ ਪੈਨਸ਼ਨ ਤੇ ਪੌੜੀਆਂ ਚੜ੍ਹੀ ਜਾਂਦੀਆਂ ਬਾਪੂ, ਤੂੰ ਪੌੜੀਆਂ ਚੜ੍ਹੀ ਜਾਂਦਾ, ਮੈਨੂੰ ਤਾਂ ਆਏ ਸੀ ਵੀ ਤੂੰ ਮਾੜਾ ਮੋਟਾ ਸਿਆਣਾ ਸਿਆਣੀ ਗੱਲ ਕਰੇਗਾ। ਸਿਆਣੀ ਗੱਲ ਕਰੂੰਗਾ, ਸਿਆਣੀ ਗੱਲ ਕਰਨ ਦੇਣ ਜੋਗੇ ਛੱਡਦੇ ਵੀ ਹੈਗੇ, ਘਰੇ ਪੈਸੇ ਖਾਈ ਜਾਂਦੇ, 4 ਪੈਸੇ ਬਾਹਰੋਂ ਆਉਂਦੇ ਆ ਵੀ ਕਦੇ ਲੋੜ ਪੈ ਜਾਂਦੀ ਆ ਬੰਦੇ ਦੀ। ਮੈਂ ਇੱਕ ਦਿਨ ਮੰਗੇ ਅੱਗੇ, ਮੇਰੇ ਕੋਲ ਤਾਂ ਹੈ ਨਹੀਂ, ਚੱਲ ਗਏ ਵੀ ਭਲੀਏ ਮਾਨਸੇ, ਪੈਸੇ ਤੂੰ ਮੈਥੋਂ ਲੈ ਕੇ ਚਲਾਉਣੀ ਆ, ਤੇਰੇ ਚੱਲ ਕਿੱਧਰ ਗਏ?
ਉਹ ਸਿਆਣਾ ਬੰਦਾ ਜਵਾਕਾਂ ਵਰਗਾ ਹੋ ਜਾਂਦਾ ਬਾਪੂ, ਐਵੇਂ ਕਾਹਦੇ ਪਿੱਛੇ ਤੂੰ ਉਹ ਕਰਦਾ ਹੁੰਦਾ। ਕੋਈ ਗੱਲ ਨੀ, ਉਹ ਤੇਰੀ ਲਾਡਲੀ ਨੂੰ ਲਾਹੇ ਨੇ ਪਰੌਂਠੇ ਖਾ ਲਾ ਚੰਗਾ ਜਾ ਕੇ। ਚੱਲ ਪਰੌਠੇ ਤਾਂ ਹੁਣ ਤੇਰੀ ਮਾਂ ਵਾਲੇ ਖਾ ਲਾ, ਉਹਦੇ ਵਾਲੇ ਤਾਂ ਨਹੀਂ ਖਾਂਦੇ ਆਪਾਂ, ਉਹਨੇ ਦੇਸੀ ਘਿਓ ਲਾ ਕੇ ਲਾਹੇ ਹੋਣਗੇ। ਕੰਮ ਨੀ ਬਣਦਾ, ਮੈਨੂੰ ਤਾਂ ਇੱਕ ਸਮਝ ਨੀ ਆਉਂਦੀ ਵੀ ਜਦੋਂ ਉਹਨੂੰ ਚੱਕਰ ਆਉਂਦੇ ਨੇ ਤੁਸੀਂ ਕਿਉਂ ਉਹਦੇ ਤੇ ਚੜ੍ਹਦੇ ਨੇ। ਉਹ ਕਹੀ ਗਈ ਤੇਰੀ ਮਾਂ ਤੋਂ, ਕਹਿੰਦੇ ਤੇਰੀ ਮਾਂ ਨੂੰ ਕਹਿੰਦੇ, ਹਾਂ ਮੇਰੀ ਮਾਂ ਅੱਖਾਂ ਚ ਰੜਕਦੀ ਹੈ ਤੁਹਾਡੇ। ਐ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ ਭਾਈ, ਫਿਰ ਚੱਕਰ ਆਉਂਦੇ ਆ, ਕੀ ਗੱਲ ਆ, ਕੁੜੀ ਬਿਮਾਰ ਆ, ਜੇ ਰੋਟੀ ਲਾ ਦਿੰਦੀ ਉਹ ਫਿਰ ਕੀ ਹੋ ਗਿਆ ਸੀ। ਚੱਲ ਕੋਈ ਨਾ, ਜਾ ਮੈਂ ਕਹਿਣਾ ਲਾ ਲਾਂਗੇ ਰੋਟੀ, ਕੋਈ ਨੀ ਖਾ ਲਈ ਆ ਕੇ। ਆਪ ਪਿਛਲੀ ਵਾਰੀ ਜੀਰੀ ਚੱਕੇ ਮੇਰਾ ਖੂਨ ਗਾੜਾ ਹੋ ਰਿਹਾ, ਉਦੋਂ 7 ਦਿਹਾੜੀਏ ਪਾ ਲਏ, ਉਦੋਂ ਤਾਂ ਨਹੀਂ ਜਾ ਆਏ ਹੋਇਆ ਵੀ ਮਾੜਾ ਮੋਟਾ ਕਰਨਾ ਪੈਂਦਾ। ਉਹ ਤਾਂ ਲੱਤਾਂ ਨਸਿਆਲ ਕੇ ਸੀ ਜੇ ਪਿਆ ਰਹਿੰਦਾ ਸੀ ਮਹਾਰਾਜਾ, ਸ਼ਰਮ ਲਾ ਰੱਖੀ ਹੈ, ਸਹੁੰ ਲੱਗੇ ਸਾਰੇ ਟੱਬਰ ਨੇ ਜੋ ਉਹਨਾਂ ਦੁੱਬਰ ਕਰ ਰੱਖੇ। ਕੁੜਾ ਪ੍ਰੀਤ, ਮੈਨੂੰ ਰੋਟੀ ਲਿਆ ਕੇ ਦੇ, ਫਿਰ ਦਵਾਈ ਲੈਣੀ ਆ ਮੈਂ। ਮੈਥੋਂ ਨਹੀਂ ਬਣਦੀ ਰੋਟੀ। ਰੋਟੀ ਕਿਉਂ ਕੁੜੇ, ਤੇਥੋਂ ਕਾਹਤੋਂ ਨਹੀਂ ਬਣਦੀ? ਆਹੋ, ਜਿਹੜੀ ਪੈਨਸ਼ਨ ਰੱਖਦੀ ਹੈ ਉਹ ਆਪੇ ਬਣਾਵੇ ਰੋਟੀ ਆਪਦੀਆਂ। ਕਮਾਲ ਹੈਗੀ, ਪੈਨਸ਼ਨ ਰੱਖਦੀ ਆ, ਰੋਟੀ ਤਾਂ ਘਰ ਦੇ ਖਰਚੇ ਚੋਂ ਆ, ਇਹ ਤਾਂ ਤੂੰ ਕਿਤੇ ਲੈ ਕੇ ਨਹੀਂ ਆਉਂਦੀ, ਜਾਂ ਤੂੰ ਆਪਦੇ ਪੇਠਾ ਤੇ ਲਿਆਉਂਦੀ ਹੋਵੇ ਤਾਂ ਸੁਣਾਉਣੀ ਆ ਨਾ। ਫਿਰ ਮੈਂ ਨੌਕਰ ਰਹਿਣੀ ਆ। ਤਾਂ ਤੂੰ ਤੇਰੇ ਘਰ ਵਾਲੇ ਦੀ ਕਮਾਈ ਨੀ ਖਾਂਦੀ ਸਾਰੀ? ਕੱਲੀ ਖਾਂਦੀ ਆ ਮੈਂ, ਸਾਰੇ ਟੱਬਰ ਤੇ ਲੱਗਦੀ, ਤੇਰੇ ਤੇ ਵੀ ਲੱਗਦੀ, ਤੂੰ ਵੀ ਰੋਟੀ ਉੱਥੋਂ ਹੀ ਵਾੜਦੀ ਏ। ਫਿਰ ਤੂੰ ਰੋਟੀ ਕਾਹਤੋਂ ਨੀ ਬਣਾਉਂਦੀ ਬਈ? ਕਿਉਂ ਬਣਾਵਾਂ ਬਈ ਮੈਂ, ਹਰੇਕ ਵਾਰੀ 1500 ਰੁਪਏ ਰੱਖ ਕੇ ਬਹਿ ਨੀ। ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਤੂੰ 1500 ਰੁਪਏ ਦਾ ਕਰਦੀ ਗਈ, ਹਿਸਾਬ ਕਿਤਾਬ ਦੇ ਮੈਨੂੰ ਅੱਜ। ਲੈ ਤੈਨੂੰ ਹਿਸਾਬ ਕਿਤਾਬ ਹੀ ਦਿੰਦੀ ਆ ਚੰਗੀ ਤਰ੍ਹਾਂ। ਮੇਰੇ ਗੋਡਿਆਂ ਦੀ ਦਵਾਈ ਆਉਂਦੀ, ਫਿਰ ਮੈਂ ਕਿਤੇ ਜਾਣਾ ਹੁੰਦਾ ਗਾ, ਉੱਥੇ ਲੱਗਦੇ ਨੇ ਪੈਸੇ। ਹੈ ਜਦੋਂ ਤੁਹਾਡੇ ਕੋਲ ਮੰਗ ਲੈਣੀ ਆ 10 ਰੁਪਏ, ਸਾਡੇ ਕੋਲ ਤਾਂ ਹੈ ਨੀ, ਤੁਹਾਡੇ ਮੂੰਹ ਵਾਲੀ ਝੱਕੀ ਲੈਣੀ ਨੇ। ਕਾਨੂੰਨੀ ਮੰਗੇ ਤੂੰ ਨਾ, ਹੋਰ ਕਿੱਥੋਂ ਖਾਨੀ ਆ ਤੂੰ? ਲੈ ਮੈਂ ਆਪਦੇ ਘਰ ਚੋਂ ਖਾਨੀ ਆ, ਮੇਰੇ ਪੁੱਤਾਂ ਦੀ ਕਮਾਈ ਖਾਨੀ ਆ, ਤੁਸੀਂ ਲੈ ਕੇ ਦਿੰਦੇ ਹੋ? ਜੇ ਬਈ ਖਾਨੀ ਹੈ ਨਾ, ਆਪਦੀ ਪੈਨਸ਼ਨ ਰੱਖਦੀ ਹੈ ਤਾਂ ਕੰਮ ਵੀ ਬਰਾਬਰ ਕਰਿਆ ਕਰ, ਕਿਉਂ ਕੋਈ ਇੱਕ ਪੰਜੀ ਦਿੰਦਾ ਨੀ। ਮੈਂ ਫਿਰ ਅੱਛਾ ਵਿਆਹ ਇਸ ਕਰਕੇ ਕਰਵਾਇਆ ਤੇ ਵੀ ਮੈਂ ਤੁਹਾਡੇ ਗੋਲਾ ਧੰਦਾ ਕਰੀ ਵਾ ਕਰੀ ਜਾਵਾਂ ਉਰੇ। ਨਹੀਂ, ਜਿਹੜਾ ਤੇਰਾ ਬੰਦਾ ਕਮਾਉਂਦਾ ਉਹ ਘਰ ਦੇ ਵਿੱਚ ਹੀ ਰੱਖਦੀ ਆ, ਹੋਰ ਕਿਹਨੂੰ ਪੜਾਉਂਦੇ ਆ? ਰੱਖਦੀ ਹੈ ਮੇਰੇ, ਮੈਨੂੰ ਨੀ ਪਤਾ ਹੈਗਾ, ਜਾਂ ਤਾਂ ਡੱਡ ਹੋ ਕੇ ਬਹਿ ਜਾਂ ਪੈਨਸ਼ਨ ਫੜਾ ਦੇ ਕਰ ਮੈਨੂੰ। ਉਹ ਕਿਹੜਾ ਹਿਸਾਬ ਕਿਤਾਬ ਮੈਨੂੰ ਦਿੰਦਾ? ਉਹ ਵੀ ਤੈਨੂੰ ਦਿੰਦਾ? ਕੋਈ ਨੀ ਦਿੰਦਾ, ਵੱਢ ਖਾਣ ਵਾਲਾ ਮੈਂ ਕੋਈ ਫਿਰਦਾ, ਇੱਕ ਪੰਜੀ ਨੀ ਦਿੰਦਾ ਕੱਢ ਕੇ ਮੈਨੂੰ। ਆਹੋ, ਮੈਂ ਸਭ ਜਾਣਦੀ ਆ ਜਿਹੜਾ ਮੁੰਡੇ ਨੂੰ ਤੂੰ ਦਬਾ ਕੇ ਰੱਖ ਰੱਖਿਆ। ਉਹ ਵੀ ਤੇਰੀ ਉਂਗਲਾਂ 'ਤੇ ਚੜੇ ਹੋਇਆ ਬਈ, ਉਹ ਵੀ ਤੇਰੀ ਬੋਲੀ ਬੋਲਦਾ। ਲੈ ਮੇਰੀ ਉਂਗਲ ਤੇ ਚੜੇ ਨਾ, ਮੈਂ ਉਂਗਲ ਕੇ ਲਾਈ ਹੈਗੀ, ਮੇਰਾ ਪੁੱਤਾ ਮੇਰੀ ਦੇਖਭਾਲ ਕਰੇ ਨਾ। ਸਿੱਧੀ ਜੀ ਗੱਲ ਹੈ, ਅੱਜ ਵਾਲੀ ਜਿਹੜੀ ਪੈਨਸ਼ਨ ਹੈ ਨਾ, ਮੈਨੂੰ ਫੜਾ ਦੀ, ਮੈਨੂੰ ਲੋੜ ਹੈ ਚੁੱਪ ਕਰਕੇ। ਮੈਂ ਤਾਂ ਨਹੀਂ ਦਿੰਦੀ, ਪਹਿਲਾਂ ਮੈਂ ਕਦੇ ਤੈਨੂੰ ਵੱਧ ਘੱਟ ਕਦੇ ਬੋਲੀ ਨੀ, ਤੇ ਨਾ ਹੀ ਤੇ ਉੱਥੋਂ ਕਦੇ ਮੰਗੀ ਹੈ। ਪੈਨਸ਼ਨ ਹੁਣ ਤਾਂ ਮੈਂ ਫੜਿਆ ਕਰੂੰਗੀ ਜੇ ਮੇਰੇ ਤੋਂ ਕੰਮ ਭਾਲਦੀ ਹੈ, ਨਹੀਂ ਫਿਰ ਮੇਰੇ ਤੋਂ ਨਹੀਂ ਫੁਲਕੇ ਖਵਾਈ ਜਾਂਦੀ। ਗੋਡਿਆਂ ਦੀ ਦਵਾਈ ਮੇਰੀ ਆਉਂਦੀ, ਜੇ ਹਾਰੀ ਬਿਮਾਰੀ ਆ ਜੇ ਉਹ ਮੈਨੂੰ, ਮੈਂ ਦਵਾਈ ਦੇਣੀ। ਗੋਡਿਆਂ ਦੀ ਅੱਗ ਲੱਗੀ ਤੇਰੇ ਨੂੰ, ਮੈਨੂੰ ਐ ਦੱਸ। ਆਹੋ, ਜਦੋਂ ਮੇਰੇ ਵਰਗੀਆਂ ਹੋ ਗਈਆਂ ਨਾ, ਫੇਰ ਪੁੱਛੋ ਵੀ ਗੋਡਿਆਂ ਨੂੰ ਕੀ ਹੋਇਆ, ਅੱਗ ਲੱਗੀ ਆ। ਪਾਣੀ ਤਾਂ ਤੂੰ ਚੱਕ ਕੇ ਪੀਂਦੀ ਨੀ, ਪਾਣੀ ਵੀ ਤੈਨੂੰ ਮੰਜੇ 'ਚ ਚਾਹੀਦਾ ਹੁੰਦਾ। ਕਿਉਂ ਪੀਵਾਂ, ਵਿਆਹ ਕੇ ਨੀ ਲਿਆਂਦੀਆਂ? ਫਿਰ ਵਿਆਹ ਕੇ ਲਿਆਂਦੀ ਆ, ਨੌਕਰਾਣੀ ਥੋੜੀ ਬਣਾ ਕੇ ਲਿਆਂਦੀ ਆ ਮੈਂ। ਅੱਛਾ, ਨੌਕਰਾਣੀ ਨੀ ਕਹਿੰਦੀ ਮੈਂ ਤੈਨੂੰ, ਮੈਂ ਤੈਨੂੰ ਨੂੰਹ ਕਹਿੰਦੀ ਆ ਮੇਰੀ। ਸੰਤ ਕੌਰ ਉਹ ਨੂੰਹ ਨੂੰ ਫੜਾਉਂਦੀ ਆ ਸਾਰੇ ਪੈਸੇ, ਉਹਦੀ ਵੀ ਤਾਂ ਉਹ ਵੀ ਤਾਂ ਸੱਸ ਹੈਗੀ। ਉਹ ਨੂੰਹ ਨੂੰ ਫੜਾਉਂਦੀ ਆ ਨਾ, ਨੂੰਹ ਵੀ ਜਰਕਦਾਂ ਨੇ ਕੱਢ ਕੇ ਦੇ ਦਿੰਦੀ ਆ ਕੱਲੇ ਸੰਭਾਲਣ ਵਾਲੇ ਫੜਾਉਂਦੀ ਹੁੰਦੀ ਸੀ। ਤੇਰੀ ਕਰਤੂਤ ਕਿੱਦੇ ਫੜਾਈ ਹੈ ਬਥੇਰੇ ਵਾਰੀ ਉੱਥੇ ਚੱਕੇ ਮੇਰੇ ਕੋਲ ਚੱਕੇ ਆ ਤੂੰ, ਤੁਹਾਨੂੰ ਪਤਾ ਵੀ
ਕਦੋਂ ਆਉਂਦੀ ਹੈ ਤੇ ਆਉਣ ਤੋਂ ਪਹਿਲੀ ਘਰੋਂ ਵਗ ਜਾਂਦੀ ਹੈ। ਮੈਂ ਤਾਂ ਦਿੰਦੀ ਨਹੀਂ, ਮੈਂ ਤਾਂ ਇੱਕ ਰੁਪਿਆ ਨਹੀਂ ਦਿੰਦੀ। ਆ ਖੜੇ ਨੇ ਹੱਥ, ਆ ਖੜੇ ਨੇ ਹੱਥ ਮੇਰੇ। ਤੂੰ ਰੋਟੀ ਦਿੰਦੀ ਨਹੀਂ, ਖਾਦੀ ਹੁੰਦੀ ਨਹੀਂ, ਖਾਲੇ ਮੈਂ ਨਹੀਂ ਦਿੰਦੀ। ਦਿੰਦੀ ਨਹੀਂ ਰੋਟੀ, ਮੈਂ ਨਹੀਂ ਦਿੰਦੀ। ਹਾਂ ਕੋਈ ਗੱਲ ਨਹੀਂ, ਇਸੇ ਗੱਲ ਤੇ ਰਹੀ, ਇਸੇ ਗੱਲ ਤੇ ਰਹੂੰਗੀ। ਗੱਲਾਂ ਤਾਂ ਬਹੁਤ ਨੇ ਜੇ ਮੈਂ ਕਰਨ ਤੇ ਆ ਗਈ। ਕਰ ਲੈ, ਕੀ ਬਾਕੀ ਰਹਿ ਗਿਆ ਜੇ? ਬਾਕੀ ਕੀ ਰਹਿ ਗਿਆ? ਹਾਂ ਦਿਖਾ ਦੀ ਕਰ ਤੂੰ ਤੂੰ ਤੱਕਦੀ। ਤੇਰੇ ਤੋਂ ਤਾਂ ਮੈਨੂੰ ਇਹੀ ਆਸ ਸੀਗੀ, ਤੂੰ ਲੋਕਾਂ ਦੀ ਸੱਸਾ ਵਰਗੀ ਥੋੜੀ ਬਣ ਜਾਏਗੀ। ਇਹ ਲੋਕਾਂ ਦੀਆਂ ਨੂੰਹਾਂ ਵਰਗੇ ਤੂੰ ਵੀ ਨਹੀਂ ਬਣ ਸਕਦੀ। ਤੇਰੀ ਕਰਤੂਤ ਨਹੀਂ ਹੈਗੀ ਚੱਜ ਦੀ। ਮੇਰੀ ਕਰਤੂਤ ਤਾਂ ਆਪੇ ਚੱਜ ਦੀ ਨੀ, ਜਿਹੜੀ ਤੇਰੇ ਮੰਜੇ ਤੇ ਬੈਠੀ ਰੋਟੀ ਖਵਾਉਣੀ ਆ। ਜੇ ਲੋਕਾਂ ਵਾਂਗੂ ਤੇ ਗੋਹਾ ਡਗੇ ਹੁੰਦੀ ਨਾ, ਫੇਰ ਲੋਟ ਆਉਂਦੀ ਤੂੰ ਵੀ। ਚਬਲਾ ਇਹ ਵੀ ਤੈਨੂੰ ਮੈਂ ਹੀ ਆ ਬਈ, ਆਪਦੇ ਸਿਰ ਤੇ ਮੈਂ ਹੀ ਬਿਠਾਇਆ। ਮੈਂ ਤਾਂ ਮੁੰਡੇ ਵਿਆਹ ਕੇ ਪੰਗਾ ਲੈ ਲਿਆ, ਪਹਿਲਾਂ ਵਧੀਆ ਸੀ। ਅਗਰ ਮੈਂ ਇਸ ਘਰ ਚਾ ਕੇ ਮੇਰੀ ਕਿਸਮਤ ਫੁੱਟ ਗਈ, ਪਹਿਲੇ ਤੱਲੇ ਪੈ ਤੇਰੇ ਪੱਲੇ ਪੈ ਗਈ। ਮੈਂ ਤਾਂ ਕਿਸੇ ਨੂੰ 50 ਰੁਪਏ ਦਿੰਦੇ ਸੀ, ਮਿੰਟਾਂ 'ਚ ਕੰਮ ਕਰ ਜਾਂਦੀਆਂ ਸੀ। ਤੁਹਾਡੇ ਵਾਂਗੂ ਕਲੇਸ਼ ਨਹੀਂ ਸੀ ਪਾਉਂਦੀਆਂ। ਆ ਕਲੇਸ਼ ਦਾ ਪਾਇਆ ਨਾ, ਉਹ ਖਾਦਾ ਨਹੀਂ ਜਾਂਦਾ। ਹੁਣ ਕਿਹੜਾ ਜਾਂਦਾ? 50 ਰੁਪਏ 'ਚ ਜਿਹੜੀ ਕੰਮ ਕਰੂਗੀ ਨਾ, ਉਹ ਤਾਂ ਘਰਵਾਲੇ ਤੇਰੇ ਤੋਂ। ਕਿਉਂ ਕਰਵਾ? ਮੇਰੀ ਕਿਸਮਤ ਫੁੱਟ ਗਈ, ਮੈਂ ਇੱਥੇ ਆ ਗਈ, ਇਹਨਾਂ ਨੇ ਵਧੀਆ ਰਿਸ਼ਤੇ ਆਉਂਦੇ ਸੀ ਮੈਨੂੰ ਤਾਂ। ਮੈਂ ਕਿਉਂ ਕਰਵਾਵਾਂ? ਸੋਤੋਂ ਕਰਵਾਉਂਗੀ, ਕਦੇ ਵਾਸਤੇ ਬਹਿ ਕੇ ਲੈਂਦਾ। ਕਰਵਾ ਲਈ ਫਿਰ ਮੈਨੂੰ, ਮੈਂ ਹੀ ਬਣਾਉਂਗੀ। ਕੋਈ ਨਾ, ਕੋਈ ਗੱਲ ਨਹੀਂ, ਖਵਾਉ ਤੈਨੂੰ ਬਣਾ ਕੇ। ਟਾਈਮ ਆਉਣ ਤੇ ਤੂੰ ਤਾਂ ਭੱਜੇ ਫਿਰੇਂਗੀ। ਟਾਈਮ ਤਾਂ ਹੁਣ ਆਊਗਾ, ਤੈਨੂੰ ਤੰਬੂ ਤਾਰੂ ਤਾਂ ਮੈਂ ਹੁਣ ਦਿਖਾਉਂਗੀ। ਹਾਂ ਤੂੰ ਕੰਮ ਕਰ। ਕਿਉਂ ਕਰਾਂ ਮੈਂ ਕੰਮ? ਸਾਰੀ ਉਮਰ ਕੰਮ ਹੀ ਕੀਤਾ ਗਾ। ਬਾਲੀ ਪਕਾਈ ਜੀ ਨੇ ਮੇਰੇ ਕੋਲੇ ਮਾਲ, ਠੀਕ ਹੈ? ਨਹੀਂ ਬਹਿ ਜਾ ਆਰਾਮ ਨਾਲ, ਨਹੀਂ ਤੰਦੇ ਨਾ ਦੇ ਆਪਦੀਆਂ ਦੋ ਰੋਟੀਆਂ ਪਕਾ ਕੇ ਨਹੀਂ ਖਾਧਗਾ ਜਾਣੀਆਂ। ਦੇਖ ਕੇ ਮੈਂ ਸੰਭਲੀ ਫਿਰ ਜ਼ਹਿਰ ਬਣਾਤੀ ਮੇਰੀ ਰੋਟੀ, ਜ਼ਹਿਰ ਤੂੰ ਬੋਲਦੇ ਹੋ। ਹਾਂ ਚੰਬਲ ਦੀ ਜ਼ਹਿਰ ਇਹਨੂੰ, ਤੈਨੂੰ ਮੈਂ ਜ਼ਹਿਰ ਕਿਉਂ ਦੇ ਦਾਂ? ਤੈਨੂੰ ਮੈਂ ਘੋਲ ਕੇ ਭੌਂਕਦੀ ਦੇਖ ਕਿਵੇਂ ਹੈਗੀ, ਪਤਾ ਨਹੀਂ ਕਿੱਥੇ ਡਾਉਂਦੀ। ਮੈਨੂੰ ਤਾਂ ਸਮਝ ਨਹੀਂ ਆਉਂਦੀ, 1500 ਰੁਪਏ ਘੱਟ ਹੁੰਦੇ ਦੱਸ? ਹੁਣ ਪਤਾ ਵੀ ਨਹੀਂ ਆਉਣਾ ਵੀ ਕਿੱਧਰ ਜਾਊਗਾ, ਲੱਗਣਾ ਵੀ ਨਹੀਂ ਕੁਛ ਪਤਾ। ਕਿੱਥੋਂ ਦਿਮਾਗ ਖਰਾਬ ਕਰਿਆ? ਤੜਕੀ ਤੜਕੀ ਸਾਰਾ ਦਿਮਾਗ ਚੱਟ ਗਈ ਮੇਰਾ। ਡੱਕਾ ਨਹੀਂ ਤੋੜਨਾ, ਇਹਨੇ ਕੁਛ ਹੋਰ ਨਹੀਂ ਕਰਨਾ। ਕੁੜੇ ਜੱਸੀ ਘਰੀ ਆ? ਹਾਂ ਹਾਂ ਚਾਚੀ, ਆਇਆ ਆ ਜਾ। ਆ ਗਈ ਪੁੱਤ, ਹੋਰ ਠੀਕ ਹੈ? ਮੈਂ ਤਾਂ ਠੀਕ ਹਾਂ, ਮੈਂ ਤਾਂ ਤੈਨੂੰ ਆਏ ਕਹਿੰਦੀ ਸੀ। ਹਾਂ ਮੇਰੀ ਨੂੰਹ ਨੇ ਤਾਂ ਅੱਜ ਬਾਲਾ ਹੀ ਕਲੇਸ਼ ਕਰ ਲਿਆ ਮੇਰੇ ਨਾਲ। ਕਿਉਂ? 1500 ਰੁਪਈਏ ਪਿੱਛੇ ਕਹਿੰਦੀ ਤੇਰੀ ਪਿਲਸਣ ਮਿਲਦੀ ਆ, ਉਹ ਮੈਨੂੰ ਦੇ। ਅੱਛਾ ਹਾਂ, ਮੈਨੂੰ ਵੀ ਸੁਣੀ ਜਾਂਦਾ ਸੀਗਾ, ਮੈਂ ਪਤਾ ਨਹੀਂ ਕਾਹ ਤੋਂ ਰੌਲਾ ਜਿਹਾ ਪਾ ਛੱਡਿਆ। ਕਹਿੰਦੀ ਮੈਂ ਨਹੀਂ ਰੋਟੀ ਦਿੰਦੀ। ਅੱਛਾ ਕਹਿੰਦੀ? ਹਾਂ ਪਿਲਸਣ ਮੇਰੇ ਹੱਥ ਤੇ ਧਾਰ, ਫਿਰ ਤੈਨੂੰ ਰੋਟੀ ਮਿਲੂਗੀ। ਪਹਿਲਾਂ ਤੂੰ ਆਪ ਹੀ ਸਿਆਣੀ ਆ ਜੱਸੀ ਪੁੱਤ, ਮੇਰੇ ਗੋਡਿਆਂ ਦੀ ਦਵਾਈ ਹੁੰਦੀ ਆ, ਫਿਰ ਕੋਈ ਢਿੱਲ ਮਸ ਹੋ ਜਾਂਦੇ, ਬੁਖਾਰ ਬਖੂਰ ਚੜ ਜਾਂਦਾ, ਫਿਰ ਮੈਂ ਆਪਦੇ ਕੋਲ ਹੀ ਲਾਉਂਦੀ ਹੈਗੀ। ਹੈ ਕਿਤੇ ਜਾਣਾ ਵੀ ਹੁੰਦਾ ਗਾ ਤੇ ਐ ਕਰਦੀਆਂ ਨੇ ਪੁੱਤ ਮੇਰੇ ਨਾਲ ਤਾਂ। ਲੈ ਚਾਚੀ, ਪੈਨਸ਼ਨ ਦਾ ਹੱਕ ਤਾਂ ਤੇਰਾ ਬਣਦਾ, ਤੇਰੀ ਪੈਨਸ਼ਨ ਆ ਤੇਰੇ ਕੋਲ ਹੀ ਆਊਗੀ, ਉਹਦਾ ਕੀ ਹੱਕ ਬਣਦਾ ਦੱਸ? ਕੀ ਕਰਾਂ ਪੁੱਤ, ਵਾਲੀਆਂ ਕਲਹਿਣੀ ਆ ਗਈ ਸੱਚੀ ਲੱਗ, ਮੈਂ ਤਾਂ ਵਾਲੀ ਔਖੀ ਆ ਪੁੱਤ। ਤੂੰ ਦੇਖ ਲੈ ਕਿੰਨੀ ਸਿਆਣੀ ਆ, ਕਿੰਨੀ ਸੇਵਾ ਕਰਦੀ ਆ ਤੂੰ ਆਪਦੀ ਸੱਸ ਦੀ। ਮੈਂ ਤਾਂ ਬਥੇਰੀ ਕਰਦੀ ਆ ਚਾਚੀ, ਮੇਰੀ ਕੀ ਰਿਸ ਕਰ ਲੂਗੀ ਉਹ? ਹਾਂ ਰਿਸ ਕੀ ਕਰਨੀ ਆ, ਐ ਬੋਲਦੀ ਆ, ਅੱਡੀ ਜੀਬ ਲੱਗ ਰਹੀ ਆ ਉਹਦੇ ਤਾਂ ਬੋਲ। ਆਹੋ ਮੈਨੂੰ ਵੀ ਸੁਣੀ ਜਾਂਦੀ ਸੀ, ਮੈਂ ਪਤਾ ਨਹੀਂ ਕਿਉਂ ਰੌਲਾ ਜਿਹਾ ਪਾਈ ਜਾਂਦੀ ਆ ਸਵੇਰੇ ਸਵੇਰੇ। ਮੈਂ ਤਾਂ ਪੁੱਤ ਤੇਰੇ ਕੋਲ ਤਾਂ ਆਈ ਸੀ, ਹਾਂ ਵੀ ਜਿਹੜੀ ਮੇਰੀ ਪਿਲਸਣ ਹੋਊਗੀ ਤੂੰ ਕਢਾ ਕੇ ਰੱਖ ਲਈ ਤੇ ਇੱਥੋਂ ਮੈਂ ਲੈ ਲਿਆ ਕਰੂੰਗੀ। ਓਹੋ ਚਾਚੀ, ਤੇਰਾ ਅੰਗੂਠਾ ਲੱਗੂਗਾ, ਮੇਰੇ ਨਾਲ ਕਿਵੇਂ ਨਿਕਲੂਗੀ? ਮੇਰਾ ਅੰਗੂਠਾ ਤੂੰ ਆਧਾਰ ਕਾਰਡ ਲੈ ਕੇ ਜਾਵੇਂਗੀ, ਤੇਰਾ ਅੰਗੂਠਾ ਲੱਗੂਗਾ ਫੇਰ ਨਿਕਲੂਗੀ। ਆਧਾਰ ਕਾਰਡ ਤਾਂ ਹੈਗਾ ਮੇਰੇ ਕੋਲੇ। ਹਾਂ ਫਿਰ ਤੂੰ ਅੰਗੂਠਾ ਲਾਵੇਂਗੀ ਨਾ ਫੇਰ ਨਿਕਲੂਗੀ, ਉਹ ਨਹੀਂ ਨਿਕਲਦੀ। ਫਿਰ ਤੂੰ ਮੈਨੂੰ ਲੈ ਚੱਲੀ, ਆਧਾਰ ਕਾਰਡ ਮੈਂ ਲੈ ਆਉਂਗੀ, ਮੇਰੀ ਪਿਲਸਣ ਕਢਾ ਕੇ ਤੂੰ ਰੱਖ ਲਈ, ਜਦੋਂ ਮੈਨੂੰ ਲੋੜ ਹੋਊਗੀ ਮੈਂ ਲੈ ਲੂ। ਇਹ ਤਾਂ ਚੱਕ ਲੈਂਦੀਆਂ ਨਾ। ਮੈਂ ਤਾਂ ਰੱਖ ਲੂ ਚਾਚੀ, ਜਿਹਨੂੰ ਪਤਾ ਪੁਤਾ ਲੱਗ ਗਿਆ ਫੇਰ ਮੇਰੀ ਗੁੱਤ ਨਹੀਂ ਪੱਟੂਗੀ। ਓਹੋ ਕੀ ਪਤਾ ਲੱਗਣਾ,
ਚੋਰੀਆਂ ਜੋ ਤੂੰ ਫੜਾ ਦਿਆ ਕਰੇਗੀ ਆ ਨਾ ਹੁਣ ਆਪਾਂ ਜਾਵਾਂਗੇ ਪਤਾ ਨਹੀਂ ਲੱਗੂ ਵੀ ਕਿੱਧਰ ਜਾਂਦੀਆਂ ਨੇ ਹੁਣ ਤੂੰ ਐਂ ਕਰੀ ਬਹਾਨਾ ਜਿਹਾ ਲਾ ਕੇ ਚੁੱਪਕੀ ਜੀ ਵਗ ਜੀ ਮੈਂ ਗਵਾਂਢੀਆਂ ਦੇ ਜਾ ਕੇ ਆਉਂਦੀ ਆ ਇੱਧਰ ਗਵਾਂਢੀਆਂ ਦੇ ਜਾ ਕੇ ਆਉਂਦੀ ਆ ਜਾਂ ਕੋਈ ਦਵਾਈ ਦਵੂਈ ਤਾਂ ਸੌ ਬਹਾਨਾ ਲਾ ਲੂੰਗੀ ਆਹੋ ਠੀਕ ਹੈ ਨਾ ਹਾਂ ਤੂੰ ਮੈਨੂੰ ਫੜਾ ਜੀ ਫਿਰ ਜੇ ਮੈਂ ਤੇਰੇ ਨਾਲ ਜਾਊਂਗੀ ਫਿਰ ਤੈਨੂੰ ਪਤਾ ਲੱਗ ਜੂਗਾ ਵੀ ਕਿੱਧਰ ਜਾਂਦੀਆਂ ਨੇ ਪੁੱਤ ਆਪਾਂ ਮਾਕਰ ਮੂਹਰੇ ਤੁਰ ਪਾਂਗੀਆਂ ਆਪਾਂ ਦੱਸ ਦਈਏ ਨਹੀਂ ਜਾਂ ਤੂੰ ਮੂਹਰੇ ਤੁਰ ਪਈ ਜਾਂ ਮੈਂ ਤੁਰ ਪਊਂਗੀ ਠੀਕ ਹੈ ਨਾ ਨਾ ਚਾਚੀ ਐਂ ਕਰੀ ਤੂੰ ਹੀ ਵਗ ਜੀ ਮੈਨੂੰ ਤਾਂ ਤੇਰੀ ਨੂੰਹ ਤੋਂ ਭਾਈ ਡਰ ਲੱਗਦਾ ਕਿਤੇ ਹੋਰ ਮੇਰੀ ਗੁੱਤ ਨਹੀਂ ਪਟਾ ਦੇ ਤੂੰ ਪੁੱਤ ਹਾਂ ਚਾਚੀ ਮੈਂ ਕੀ ਕਰਾਂ ਜੇ ਉਹਨੇ ਉਹਨੂੰ ਪਿਲਸਣ ਨਾ ਦਿੱਤੀ ਮੈਨੂੰ ਤਾਂ ਰੋਟੀ ਵੀ ਨਹੀਂ ਦੇਣੀ ਉਹਨੇ ਕਿਉਂ ਫਿਕਰ ਕਰਦੀ ਆ ਚਾਚੀ ਦੋ ਰੋਟੀਆਂ ਹੀ ਨੇ ਤੂੰ ਕੀ ਬਾਲੀਆਂ ਖਾਵੇਂਗੀ ਮੇਰੇ ਕੋਲੇ ਖਾ ਜਿਆ ਕਰ ਆ ਕੇ ਉਹ ਤਾਂ ਤੇਰੇ ਕੋਲੇ ਕਿਵੇਂ ਖਾ ਜਾ ਫਿਰ ਮੇਰੇ ਪੁੱਤਾਂ ਦੀ ਬੇਇੱਜ਼ਤੀ ਆ ਵੀ ਇਹਦੀ ਮਾਂ ਤਾਂ ਰੋਟੀਆਂ ਲੋਕਾਂ ਦੇ ਖਾਂਦੀ ਆ ਰੋਟੀ ਤਾਂ ਮਿਲੂਗੀ ਚਾਚੀ ਤੈਨੂੰ ਕਿਤੇ ਮਰਜ਼ੀ ਮਿਲ ਜੇ ਸੋ ਸੋਚਣੀ ਪੈਂਦੀ ਆ ਪੁੱਤ ਇਹ ਤਾਂ ਕਲੈਣੀ ਹੈਗੀ ਆ ਆਪ ਤੋਂ ਨਹੀਂ ਹੋਇਆ ਜਾਂਦਾ ਪਰ ਮੇਰੀ ਪਿਲਸਣ ਜ਼ਰੂਰ ਲੁਕੋ ਕੇ ਰੱਖੀ ਤੂੰ ਉਹਦੀ ਟੈਨਸ਼ਨ ਲੈ ਲੈ ਚਾਚੀ ਤੂੰ ਉਹ ਤਾਂ ਮੈਂ ਆਪੇ ਕਰ ਲੂ ਸੈਟਿੰਗ ਲੜੂਗੀ ਮੈਂ ਜਾਣਾ ਮੇਰਾ ਕੰਮ ਜਾਣੀ ਐਡੀ ਵੀ ਮੈਂ ਦਬਦੀ ਨਹੀਂ ਇਹਤੋਂ ਨਾਲੇ ਹੱਕ ਤਾਂ ਤੇਰੇ ਹੀ ਆ ਚਾਚੀ ਪੈਨਸ਼ਨ ਤਾਂ ਬੁੜੀਆਂ ਦਾ ਹੱਕ ਹੁੰਦਾ ਭਈ ਤੈਨੂੰ ਪੈਨਸ਼ਨ ਮਿਲਦੀ ਹੈ ਨਾਲੇ ਸਰਕਾਰ ਦਿੰਦੀ ਆ ਤੁਸੀਂ ਕੀ ਆਪਦੀ ਕਮਾਈ ਦਿੰਨੇ ਹੋ ਮੈਨੂੰ ਹਾਂ ਹੈ ਉਹ ਵੀ ਨਹੀਂ ਮੈਨੂੰ ਲੈਣ ਦੇ ਚੰਗਾ ਪੁੱਤ ਮੈਂ ਚੱਲੀ ਚੰਗਾ ਕਢਵਾ ਲਈ ਪੈਨਸ਼ਨ ਮੈਨੂੰ ਫੜਾ ਜੀ ਫਿਰ ਚੰਗਾ ਪੁੱਤ ਚੰਗਾ ਆਹੋ ਲੈ ਪੈਨਸ਼ਨ ਪਿੱਛੇ ਲੜਾਈ ਇਹਨਾਂ ਦੀ ਤੜਕੀ ਕੰਜਰ ਕਲੇਸ਼ ਕਰਕੇ ਬਹਿ ਜਾਂਦੀਆਂ ਨੇ ਜਵਾਕ ਜੀ ਇਹਨੂੰ ਐਂ ਨਹੀਂ ਵੀ ਦੱਬੀਦਾ ਇਹਨੂੰ ਫਿਰਦਾਂਗਾ ਟਰੈਕਟਰ ਵਾਂਗੂ ਮਾੜਾ ਮੋਟਾ ਕੱਪੜਾ ਕੁੱਪੜਾ ਹੀ ਮਾਰ ਲਾ ਕਿਵੇਂ ਗੰਦ ਪਾ ਛੱਡਿਆ ਨੇ ਖੜਾ ਗੱਡੀਆਂ ਸਾਫ਼ ਹੀ ਕਰਨ ਤੇ ਰਹੀ ਗੱਡੀਆਂ ਸਾਫ਼ ਹੀ ਕਰਨੀਆਂ ਨੇ ਹੋਰ ਇੱਥੇ ਬੰਦ ਕੱਢ ਲਾਂ ਵੀ ਚੜ੍ਹ ਜਾ ਕਰਾਂ ਉੱਤਰ ਜਾ ਕਰਾਂ ਮੇਰੀ ਗੱਲ ਸੁਣ ਲੈ ਹਾਂ ਉਹ ਬਹੂ ਜੀ ਅੱਜ ਮੈਥੋਂ ਪਿਲਸਣ ਮੰਗਦੀ ਸੀ ਕਾਹਤੋਂ ਦੇਵਾਂ ਬਈ ਮੈਂ ਉਹ ਫੇਰ ਕੀ ਹੋ ਗਿਆ ਕਰਨੀ ਵੀ ਕੀ ਆ ਤੂੰ ਜੇ ਜਵਾਕ ਜੀ ਨੇ ਪੈਨਸ਼ਨ ਮੰਗ ਲਈ ਕੋਈ ਲੋੜਾ ਆ ਗਿਆ ਤੈਨੂੰ ਨਹੀਂ ਪਤਾ ਵੀ ਮੇਰੇ ਗੋਡੇ ਦੁਖਦੇ ਆ ਮੈਂ ਗੋਡਿਆਂ ਦੀ ਦਵਾਈ ਲੈਣੀ ਹੁੰਦੀ ਹੈਗੀ ਉਹ ਗੋਡਿਆਂ ਦੀ ਤੂੰ ਸਿਰ ਦੁਖਦੇ ਦੀ ਗੋਲੀ ਵਾਸਤੇ 5 ਰੁਪਏ ਮੈਥੋਂ ਲੈ ਕੇ ਜਾਂਦੀ ਆ ਗੱਲਾਂ ਕਰਦੀਆਂ ਤੂੰ ਪੈਨਸ਼ਨ ਚੋਂ ਲਾਉਣੀ ਆ ਪੈਸੇ ਫੇਰ ਕੀ ਲੋੜਾ ਆ ਗਿਆ ਜੇ ਤੈਥੋਂ 5 ਰੁਪਏ ਮੰਗ ਲਏ ਮੈਂ ਤਾਂ 5 ਨਹੀਂ ਦਿੰਦੀ ਮੈਂ ਕਿਤੇ ਜਾਵਾਂ ਕਿਤੇ ਆਵਾਂ 5 ਰੁਪਏ ਗੋਲੀ ਨੂੰ ਜ਼ਰੂਰ ਮੰਗ ਲੈ ਉਹ ਦਿੱਤੇ ਆ ਮੈਨੂੰ ਕਿਤੇ ਉਹ ਕਿੱਦੇ ਨਹੀਂ ਤੈਨੂੰ ਕਿਤੇ ਲੋੜ ਪੈ ਜੀ ਗੱਲਾਂ ਦੇਖ ਉਹ ਤਾਂ ਤੈਨੂੰ ਮੈਂ ਇੱਕ ਉਦਾਹਰਨ ਦਿੱਤੀ ਆ ਵੀ ਗੋਲੀ ਨਹੀਂ ਲੈ ਕੇ ਆਉਂਦੀ ਤੂੰ ਆਪਦੀ ਪੈਨਸ਼ਨ ਚੋਂ ਬਥੇਰੀ ਦਵਾਈ ਆਉਂਦੀ ਆ ਪਤਾ ਕਿੰਨੇ ਪੈਸੇ ਲੱਗਦੇ 2000 ਦੀ ਦਵਾਈ ਆਉਂਦੀ ਆ ਪਤਾ ਨਹੀਂ ਮੈਨੂੰ ਤਾਂ ਕਿੱਥੇ ਚੱਲੀ ਜਾਂਦੇ ਆ ਤੇਰੇ ਕਿੱਥੇ ਤੂੰ ਖਾ ਖਲ ਖੁੰਜਾਂ ਸਿੱਟੀ ਜਾਂਦੀ ਹੈਗੀ ਪੈਸੇ ਮਿਲਦਾ ਤਾਂ ਮੈਨੂੰ 1500 ਰੁਪਈਆ ਦਾ ਤੇ 2000 ਦੀ ਦਵਾਈ ਆਉਂਦੀ ਹੈਗੀ ਤੇ ਜਿਹੜੇ ਮੈਂ ਤੋਂ ਲੈ ਕੇ ਜਾਂਦੀ ਆ ਦਵਾਈ ਵਾਸਤੇ ਉਹ ਤੇ ਲਮਾਨਾ ਵੱਧ ਲੱਗਦੇ ਆ ਪੈਸੇ ਵੱਧ ਕਿਉਂ ਲੈ ਫਿਰ ਤੂੰ ਲੈ ਜਿੰਨੇ ਲੱਗਦੇ ਆਗੇ ਜੇ ਕੋਈ ਘਰੇ ਆ ਜੇ ਕੋਈ ਨਾ ਹੋਵੇ ਘਰੇ ਉਹਦੇ ਵਾਸਤੇ ਕੋਈ ਚੀਜ਼ ਵਸਤ ਨਹੀਂ ਮੰਗਾਉਣੀ ਉਹ ਵੀ ਭੈਣਾ ਜੇ ਕੋਈ ਭੁਜੀਆ ਲੈ ਕੇ ਆਉਣਾ ਤਾਂ ਵੀ ਉੱਥੋਂ ਘਰੋਂ ਦੇ ਭਾਈ ਪੈਸੇ ਲੈ ਕੇ ਆਉਣੇ ਆ ਚਲ ਉਹਦਾ ਛੱਡ ਯਾਰ ਜਮਾ ਨਹੀਂ ਤੂੰ ਚਲਾਏ ਪੈਸੇ ਘਰੋਂ ਲੈਤੇ ਨਹੀਂ ਗੇ ਜੇ ਤੂੰ ਦੇ ਦੇਗੀ ਉਹਨੂੰ ਕੀ ਲੋੜਾ ਆਜੂਗਾ 5-10 ਖੜੇ ਦੇਖੀ ਕਿਤੇ ਤੂੰ ਵੀ ਉਹਨਾਂ ਦੇ ਮੇਰ ਚ ਖੜਾ ਉਹ ਮੇਰ ਚ ਨੂੰ ਤਾਂ ਦੱਸ ਕੀ ਉਹਨੂੰ ਤੂੰ ਕੈਂਠਾ ਕਰਾ ਕੇ ਦੇਤਾ ਉਹਨੇ ਕੋਕਾ ਕਰਾਉਣਾ ਸੀ ਮਾੜਾ ਮੋਟਾ ਪੈਸੇ ਘੱਟ ਦੇ ਵੀ ਚਲ ਦੇ ਇਹਨੇ ਜਵਾਕ ਦਾ ਹੌਸਲਾ ਵਧ ਜਾਂਦਾ ਵੀ ਮੇਰੀ ਸੱਸ ਨੇ 1500 ਪਾਤਾ ਤੂੰ ਮਾਂ ਸਾਰੀਆਂ ਪਾਤੀਆਂ ਸੀ ਦੁਬਾਰੇ ਦੁਬਾਰੇ ਮੈਥੋਂ ਨਹੀਂ ਪੰਗੇ ਹੁੰਦੇ ਇਹਨਾਂ ਦੇ ਨਾ ਮੈਂ ਦੇਵਾਂ ਉਹ ਗੱਲ ਪੈਨਸ਼ਨ ਦੀ ਨਹੀਂ ਗੱਲ ਤਾਂ ਹੌਸਲੇ ਦੀ ਹੁੰਦੀ ਹੈ ਜਿੱਥੇ ਮੈਂ 3500 ਦੇਊ ਮੈਂ 5000 ਦੇ ਦੂੰ ਗੱਲ ਉਹ ਨਹੀਂ ਗੱਲ ਤਾਂ ਐ ਆ ਵੀ ਜਵਾਕ ਦਾ ਹੌਸਲਾ ਵਧ ਜਾਂਦਾ ਤੈਨੂੰ ਮੇਰੀ ਪਿਲਸਣ ਦਾ ਦੁੱਖ ਹੈ ਨਾ ਬੰਦ ਕਰਾ ਦੇ ਪਰ 5 ਨਹੀਂ ਦਿੰਦੀ ਇਹ ਸੋਚ ਲੈ ਚਲ ਤੇਰੇ ਨਾਲ ਕਿਹੜਾ ਮੱਥਾ ਮਾਰੇ ਮੇਰੇ ਕੇ ਤਾਂ 2 ਰੋਟੀਆਂ ਦੁੱਖ ਗਈਆਂ ਉਹ ਨਹੀਂ ਫੜਾਈਆਂ ਮੈਨੂੰ ਉਹਦੇ ਵਾਸਤੇ 100-100 ਕੁਛ ਬੋਲੀ ਆ ਮੈਨੂੰ ਤਾਂ ਕਦੇ ਬੋਲੀ ਨਹੀਂ ਤੈਨੂੰ ਬੋਲਦੀ ਐ ਅੱਜ ਮੇਰੇ ਨਾਲ ਹੁੰਦੀ ਆ ਨਾ ਕੱਲ ਨੂੰ ਤੇਰੇ ਨਾਲ ਵੀ ਆਈ ਹੋ ਤੇਰੇ ਆਰੇ ਲੱਸਣ ਮੈਂ ਕਰੂੰਗਾ ਮੇਰੇ ਨਾਲ ਹੋ ਜਾਊਗੀ ਆਹੋ
ਤੂੰ ਨਾ ਮੇਰ ਕਰਾਈ ਦੇਖੀ ਕਿਤੇ ਤੇਰੀ ਮੇਰ ਕਰਾਈ ਸਾਰੀ ਉਮਰ ਤੇਰੀ ਆਈ ਟੱਪ ਗਈ ਚੱਲ ਕੋਈ ਨਾ ਕੋਈ ਨਾ ਉਹਦਾ ਟੱਪਣੀ ਸੀ ਹੁਣ ਜੋ ਤੇਰੇ ਵਰਗੀ ਕਾਲਗਲਿਆਰੀ ਫਾਹਾ ਪੈਜੂ ਤੈਨੂੰ 1500 ਨਾਲ ਮਰਦੀ ਹੈ ਲੈ ਆ ਲੱਗ ਰਹੀ ਅਸੀਂ ਤਾਂ ਦੁਪਹਿਰੇ ਮੱਥਾ ਮਾਰਨ ਨਹੀਂ